ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ, ਅੱਜ ਆਪਾਂ ਕਟਿੰਗ ਕਰਨਾ ਹੈ ਆਹ ਵਾਲਾ ਸੂਟ। ਇਹ ਤਾਂ ਦੇਖੋ ਬਾਹਾਂ 'ਤੇ ਵੀ ਕਢਾਈ ਆ ਇਸ ਤਰੀਕੇ ਦੇ ਨਾਲ, ਅਤੇ ਇਹਦੀ ਜਿਹੜੀ ਸਲਵਾਰ ਆਪਾਂ ਕਟਿੰਗ ਕਰਕੇ ਸਟਿਚ ਕਰ ਲਈ ਹੋਈ ਆ, ਇਹ ਸਭ ਤੋਂ ਐਂਡ 'ਤੇ ਆਪਣੀ ਕਢਾਈ ਸੀਗੀ ਬਾਹਾਂ ਵਾਲੀ। ਅਤੇ ਫਰੈਂਡਸ ਆਪਾਂ ਇਹਦੀ ਲਾਈਨਿੰਗ ਵੀ ਕਟਿੰਗ ਕਰਨੀ ਆ, ਸੋ ਫਰੈਂਡਸ ਬਣੇ ਰਹੋ ਵੀਡੀਓ ਦੇ ਐਂਡ ਤੱਕ। ਤੁਹਾਨੂੰ ਲਾਈਨਿੰਗ ਵੀ ਕਟਿੰਗ ਕਰਕੇ ਦਿਖਾਊਂਗੀ ਕਿ ਆਪਾਂ ਇਹਦੀ ਲਾਈਨਿੰਗ ਕਿੱਦਾਂ ਕੱਟਣੀ ਆ, ਠੀਕ ਆ। ਸਭ ਤੋਂ ਪਹਿਲਾਂ ਆਪਾਂ ਆਪਣੇ ਕਮੀਜ਼ ਦੀ ਲੈਂਥ ਦੇਖ ਕੇ ਅਤੇ ਆਪਾਂ ਅਗਲੇ ਪਿਛਲੇ ਪੱਲੇ ਦੀ ਕਟਾਈ ਕਰ ਲਾਂਗੇ, ਠੀਕ ਆ। ਲੈਂਥ ਆਪਾਂ ਨੂੰ ਲੌਂਗ ਹੀ ਚਾਹੀਦੀ ਹੈ, ਮਤਲਬ ਜਿੰਨੀ ਵੀ ਲੌਂਗ ਇਹਦੀ ਲੈਂਥ ਬਣ ਗਈ ਆਪਾਂ ਬਣਾ ਲੈਣੀ ਆ, ਪਰ ਤੁਸੀਂ ਇੱਥੇ ਜਿਹੜੀ ਲੈਂਥ ਆ ਆਪਣੇ ਅਕੋਰਡਿੰਗ ਰੱਖ ਸਕਦੇ ਹੋ। ਇਹਦੀ ਟੋਟਲ ਇੱਥੋਂ ਤੱਕ ਲੈਂਥ 44 ਇੰਚ ਬਣਦੀ ਆ, 44 ਇੰਚ, ਅਤੇ ਮੈਂ ਇੰਨੀ ਰੱਖ ਲਾਂਗੀ 1 ਇੰਚ ਵਧਾ ਕੇ ਉੱਪਰੋਂ, ਅਤੇ ਆਪਾਂ ਇੱਥੋਂ ਕਟਿੰਗ ਕਰ ਲਾਂਗੇ 1 ਇੰਚ ਉੱਪਰ ਵਧਾਉਣਾ ਆਪਾਂ ਸਿਲਾਈ ਵਾਸਤੇ, ਠੀਕ ਆ। ਅਤੇ ਨੀਚੇ ਵਾਲੀ ਸਾਈਡ 'ਤੇ ਤਰਪਾਈ ਵਾਸਤੇ ਕੱਪੜਾ ਹੈਗਾ, ਸੋ ਆਪਾਂ ਇੰਨਾ ਹੀ ਇੱਥੋਂ ਮਿਣ ਕੇ ਇੱਕ ਵਾਰੀ ਆਪਾਂ ਐਂਡ ਤੋਂ ਇਸ ਤਰੀਕੇ ਨਾਲ ਇੰਚ ਟੇਪ ਰੱਖ ਕੇ ਅਤੇ ਇਹਨੂੰ ਨਾਪ ਲਾਂਗੇ। ਇਹ ਆਪਣਾ 48 ਇੰਚਸ ਹੋ ਗਿਆ, ਠੀਕ ਆ। ਅਤੇ ਆਪਾਂ ਦੋਨੋਂ ਸਾਈਡਾਂ 'ਤੇ ਆਪਾਂ 48 ਇੰਚ 'ਤੇ ਨਿਸ਼ਾਨ ਲਗਾ ਲਾਂਗੇ। ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇੱਥੇ ਸਿੱਧੀ ਸਿੱਧੀ ਇੱਕ ਲਾਈਨ ਖਿੱਚ ਲਾਂਗੇ ਅਤੇ ਇੱਥੋਂ ਉੱਪਰੋਂ ਆਪਾਂ ਕੱਪੜੇ ਦੀ ਕਟਿੰਗ ਕਰ ਦੇਣੀ ਆ। ਅਤੇ ਫਰੈਂਡਸ ਇਹ ਜੋਰਜਟ ਫੈਬਰਿਕ ਦੇ ਵਿੱਚ ਸੂਟ ਆ, ਸੋ ਇਹ ਕਾਫੀ ਜ਼ਿਆਦਾ ਤਿਲਕਣ ਵਾਲੇ ਸੂਟ ਹੁੰਦੇ ਆ, ਇਸ ਕਰਕੇ ਆਪਾਂ ਇਹਨਾਂ ਨੂੰ ਬਿਲਕੁਲ ਨਿਸ਼ਾਨੀਆਂ ਲਗਾ ਲਗਾ ਕੇ ਬਾਅਦ ਵਿੱਚ ਕਟਿੰਗ ਕਰਨਾ ਆ, ਠੀਕ ਆ। ਇੱਥੋਂ ਤੱਕ ਆਪਾਂ ਨਿਸ਼ਾਨੀ ਲਗਾ ਲਈ, ਹੁਣ ਆਪਾਂ ਕੱਪੜੇ ਦੀ ਦੂਜੀ ਸਾਈਡ 'ਤੇ ਵੀ ਨਿਸ਼ਾਨੀ ਲਗਾਵਾਂਗੇ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਆਪਾਂ ਕੱਪੜੇ ਨੂੰ, ਠੀਕ ਆ। ਅਤੇ ਇਸ ਤੋਂ ਬਾਅਦ ਆਪਾਂ ਪੂਰੇ ਕੱਪੜੇ ਨੂੰ ਸਿੱਧੀ ਤਰ੍ਹਾਂ ਵਿਛਾ ਕੇ ਅਤੇ ਇੱਥੇ ਆਪਾਂ ਇਸ ਤਰੀਕੇ ਦੇ ਨਾਲ 48 ਇੰਚਸ 'ਤੇ ਨਿਸ਼ਾਨੀਆਂ ਲਗਾ ਲਾਂਗੇ, ਔਰ ਆਪਾਂ ਇਹ ਕੱਪੜੇ ਨੂੰ ਸਿੱਧਾ ਸਿੱਧਾ ਕਰਕੇ ਕਟਿੰਗ ਕਰ ਦਾਂਗੇ। ਅਤੇ ਇਸ ਤੋਂ ਬਾਅਦ ਆਪਾਂ ਫਰੰਟ ਵਾਲੇ ਪੱਲੇ ਦੀ ਚੜਾਈ ਵੇਖਾਂਗੇ ਕਿ ਆਪਾਂ ਚੜਾਈ ਕਿੰਨੀ ਰੱਖਣੀ ਆ। ਹਿੱਪ ਆਪਣੀ 22 ਇੰਚ ਹੈ, ਅਤੇ ਹਿੱਪ ਤੋਂ ਆਪਾਂ 4 ਇੰਚ ਜਾਂ 5 ਇੰਚ ਵਧਾ ਕੇ ਫਿਰ ਆਪਾਂ ਇਹਨੂੰ ਲੈਣਾ ਆ, ਠੀਕ ਆ। ਅਤੇ ਸਭ ਤੋਂ ਪਹਿਲਾਂ ਆਪਾਂ ਉੱਪਰੋਂ ਸੈਂਟਰ ਕਰ ਲੈਣਾ ਹੈ, ਅਤੇ ਨੀਚੇ ਵਾਲੀ ਸਾਈਡ ਤੋਂ ਘੇਰੇ ਵਾਲੀ ਸਾਈਡ ਤੋਂ ਵੀ ਕਢਾਈ ਦਾ ਸੈਂਟਰ ਕਰ ਲੈਣਾ ਆ, ਠੀਕ ਆ। ਕਢਾਈ ਦਾ ਸੈਂਟਰ ਕਰਨਾ ਇੱਥੇ ਬਹੁਤ ਜ਼ਰੂਰੀ ਆ, ਅਗਰ ਤੁਸੀਂ ਸੈਂਟਰ ਨਹੀਂ ਕਰੋਗੇ ਤਾਂ ਕਢਾਈ ਤੁਹਾਡੀ ਵਿੰਗੀ ਟੇਢੀ ਇੱਕ ਸਾਈਡ ਨੂੰ ਵੀ ਜਾ ਸਕਦੀ ਹੈ। ਸੋ ਇਸ ਕਰਕੇ ਆਪਾਂ ਗਲੇ ਤੋਂ ਵੀ ਕਢਾਈ ਦਾ ਸੈਂਟਰ ਕਰਨਾ ਹੁੰਦਾ ਹੈ ਅਤੇ ਘੇਰੇ ਤੋਂ ਵੀ। ਇਹ ਤੋਂ ਬਾਅਦ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਾਂਗੇ, ਠੀਕ ਆ। ਬਰਾਬਰ ਬਰਾਬਰ ਫੋਲਡ ਕਰ ਲਾਂਗੇ। ਫੋਲਡ ਕਰਨ ਤੋਂ ਬਾਅਦ ਆਪਾਂ ਆਪਣੀ ਜਿਹੜੀ ਹਿੱਪ ਦੇ ਅਕੋਰਡਿੰਗ ਇੱਥੇ ਨਿਸ਼ਾਨੀਆਂ ਲਗਾ ਲਾਂਗੇ। ਹਿੱਪ ਦਾ ਅਤੇ ਛਾਤੀ ਦਾ ਆਪਾਂ ਨਾਪ ਵੇਖ ਲਾਂਗੇ, ਜਿੰਨਾ ਵੀ ਨਾਪ ਆ ਉਹ ਤੋਂ 4-5 ਇੰਚ ਆਪਾਂ ਵੱਧ ਰੱਖਣਾ ਹੁੰਦਾ ਆ, ਕਿਉਂਕਿ ਆਪਾਂ ਇਸ ਸੂਟ ਦੇ ਵਿੱਚ ਪਾਈਪਿੰਗ ਵੀ ਲਗਾਉਣੀ ਆ, ਤਰਪਾਈ ਵਾਸਤੇ ਵੀ ਆਪਾਂ ਨੂੰ 2 ਇੰਚ ਕੱਪੜਾ ਚਾਹੀਦਾ ਹੁੰਦਾ ਆ। ਸੋ ਫਰੈਂਡਸ ਇੱਥੇ ਮੈਂ 22 ਇੰਚ ਆਪਣੇ ਹਿੱਪ ਦਾ ਸਾਈਜ਼ ਸੀ, ਇੱਥੋਂ ਮੈਂ 4 ਇੰਚ ਵੱਧ ਲੈ ਕੇ ਅਤੇ ਇੱਥੇ ਨਿਸ਼ਾਨ ਲਗਾ ਲਿਆ ਹਾਫ ਕਰਕੇ, ਇਹ ਆਪਣਾ 13.5 ਇੰਚ ਆ। ਅਤੇ ਜਦੋਂ ਆਪਾਂ ਇਹਨੂੰ ਖੋਲਾਂਗੇ ਤਾਂ ਆਪਣਾ 26 ਇੰਚ ਕੱਪੜਾ ਬਣਨਾ ਆ, ਠੀਕ ਆ। ਅਤੇ ਆਪਾਂ ਹਾਫ ਦੇ ਵਿੱਚ ਇਸ ਤਰੀਕੇ ਨਾਲ 26 ਇੰਚ 'ਤੇ ਨਿਸ਼ਾਨ ਲਗਾ ਲਿਆ। ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਕਟਿੰਗ ਕਰਤੀ, ਜਿਹੜੀ ਸਾਈਡ ਵਾਲੀ ਕੰਨੀ ਆ ਇਹ ਆਪਾਂ ਹਮੇਸ਼ਾ ਕੱਟਦੇ ਹੁੰਦੇ ਹਾਂ, ਕਿਉਂਕਿ ਫਰੈਂਡਸ ਜਿਹੜੀ ਕੰਨੀ ਵਾਲੀ ਸਾਈਡ ਹੁੰਦੀ ਆ ਇਹ 'ਤੇ ਕੱਪੜਾ ਥੋੜ੍ਹਾ ਜਿਹਾ ਇਕੱਠਾ ਹੁੰਦਾ ਆ, ਇਸ ਕਰਕੇ ਆਪਾਂ ਕੰਨੀ ਕਟਿੰਗ ਕਰਕੇ ਅਲੱਗ ਕਰ ਦੇਣੀ ਆ, ਠੀਕ ਆ। ਫਰੰਟ ਪੱਲਾ ਕਟਿੰਗ ਹੋ ਗਿਆ, ਇਸ ਤੋਂ ਬਾਅਦ ਆਪਾਂ ਆਪਣਾ ਬੈਕ ਪੱਲਾ ਕਟਿੰਗ ਕਰਨਾ ਆ। ਬੈਕ ਪੱਲਾ ਕਟਿੰਗ ਕਰਨ ਤੋਂ ਬਾਅਦ ਆਪਾਂ ਆਪਣਾ ਅਤੇ ਬੈਕ ਪੱਲਾ ਕਟਿੰਗ ਕਰਨ ਤੋਂ ਬਾਅਦ ਆਪਾਂ ਆਪਣੀਆਂ ਸਲੀਵਸ ਦੀ ਕਟਾਈ ਕਰਾਂਗੇ, ਉਸ ਤੋਂ ਬਾਅਦ ਆਪਾਂ ਆਪਣੀ ਲਾਈਨਿੰਗ ਦੀ ਕਟਾਈ ਕਰਾਂਗੇ, ਠੀਕ ਆ। ਅਤੇ ਦੇਖੋ ਇੱਥੇ ਵੀ ਆਪਾਂ ਪੂਰਾ 13.5 ਇੰਚ 'ਤੇ ਨਿਸ਼ਾਨ ਲਗਾ ਕੇ ਅਤੇ ਇੱਥੇ ਆਪਾਂ ਕਟਿੰਗ ਕਰ ਲਾਂਗੇ। ਕੱਪੜਾ ਥੋੜ੍ਹਾ ਜਿਹਾ ਵਧਾ ਕੇ ਰੱਖਿਆ ਹੈ 1.5 ਇੰਚ, ਕਿਉਂਕਿ ਆਪਾਂ ਇਹਦੀ ਕੰਨੀ ਨਹੀਂ ਰੱਖਣੀ, ਕੰਨੀ ਆਪਾਂ ਕਟਿੰਗ ਕਰ ਦੇਣੀ ਆ, ਠੀਕ ਆ। ਤੁਸੀਂ ਵੀ ਅਗਰ ਜੇ ਕਿਸੇ ਕੱਪੜੇ ਦੀ ਕੰਨੀ ਇਸ ਤਰੀਕੇ ਨਾਲ ਇਕੱਠੀ ਹੁੰਦੀ ਹੋਵੇ ਫਿਰ ਤੁਸੀਂ ਜਿਹੜੀ ਕੰਨੀ ਆ ਉਹਦੀ ਕਟਿੰਗ ਕਰ ਦੇਣੀ ਆ। ਅਤੇ ਲੰਬਾਈ ਦੀ ਆਪਣੀ ਚੜਾਈ ਦੇ ਲੰਬਾਈ ਦੇ ਨਾਲੋਂ 4 ਇੰਚ ਵੱਧ ਆ, ਸੋ ਮੈਂ ਇੰਨੀ ਰੱਖ ਲਾਂਗੀ, ਠੀਕ ਆ। ਅਤੇ ਆਪਣੀ ਜਿਹੜਾ ਐਕਸਟਰਾ ਕੱਪੜਾ ਆ ਤਰਪਾਈ ਦੇ ਵਿੱਚ ਆਪਾਂ ਫੋਲਡ ਕਰ ਦਾਂਗੇ। ਆਪਣਾ ਕੱਪੜਾ ਬਹੁਤ ਜ਼ਿਆਦਾ ਪਤਲਾ ਆ, ਸੋ ਫੱਟਾ ਆਪਣਾ ਭਾਰਾ ਬਣ ਜਾਏਗਾ, ਵਧੀਆ ਬਣ ਜਾਏਗਾ। ਇਸ ਤੋਂ ਬਾਅਦ ਹੁਣ ਆਪਾਂ ਆਪਣੇ
ਆ ਸਲੀਵਸ ਦੀ ਕਟਿੰਗ ਕਰਨੀ ਆ। ਸਲੀਵਸ ਦਾ ਕੱਪੜਾ ਇਸ ਤਰੀਕੇ ਦੇ ਨਾਲ ਆ। ਅਤੇ ਫਰੈਂਡਸ ਕਈ ਸੂਟਾਂ ਦਾ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਆਪਣੀ ਸਲੀਵ ਦੀ ਕਢਾਈ ਹੁੰਦੀ ਆ ਇੱਕ ਸਾਈਡ 'ਤੇ ਹੁੰਦੀ ਆ, ਫਿਰ ਆਪਾਂ ਨੂੰ ਬਾਂਹ ਦੀ ਇੱਕ ਸਾਈਡ 'ਤੇ ਜੋੜ ਪਾਉਣਾ ਪੈਂਦਾ, ਪਰ ਇਹਦੀ ਕਢਾਈ ਜਿਹੜੀ ਬਿਲਕੁਲ ਸੈਂਟਰ ਵਿੱਚ ਆ, ਇਸ ਕਰਕੇ ਆਪਾਂ ਸਿੰਪਲੀ ਆਪਾਂ ਇਹਨੂੰ 4 ਫੋਲਡ ਵਿੱਚ ਇੱਦਾਂ ਵਿਛਾ ਲੈਣਾ। ਅਤੇ ਨੋਰਮਲੀ ਜਿੱਦਾਂ ਆਪਾਂ ਆਪਣੀ ਸਲੀਵ ਦੀ ਕਟਾਈ ਕਰਦੇ ਹਾਂ ਉੱਦਾਂ ਹੀ ਇੱਥੇ ਮਾਰਕਿੰਗ ਕਰਕੇ ਅਤੇ ਕਟਾਈ ਕਰ ਲਾਂਗੇ। ਇਹਦੀ ਚੜਾਈ ਵੀ ਆਪਾਂ ਨੂੰ ਕਾਫੀ ਮਿਲੀ ਆ, ਮਤਲਬ 10.5 ਇੰਚ ਹੈਗਾ ਆ ਫੋਲਡ ਕਰਕੇ। ਅਤੇ ਇਹ ਆਪਣਾ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਬਾਂਹ ਆ ਪੂਰੀ ਵਧੀਆ ਬਣ ਜਾਣੀ ਆ। ਇੱਥੇ ਆਪਾਂ ਸਿੰਪਲੀ ਇਸ ਤਰੀਕੇ ਦੇ ਨਾਲ 3.5 ਇੰਚ ਦੇ ਨਿਸ਼ਾਨ ਲਾ ਲਿਆ, ਅਤੇ ਇਸ ਤੋਂ ਬਾਅਦ ਆਪਾਂ ਗਲਾਈ ਦੇ ਦਿੱਤੀ, ਮੋਰੀ ਦਾ ਨਿਸ਼ਾਨ ਲਗਾ ਕੇ ਟੇਢੀ ਲਾਈਨ ਖਿੱਚ ਲਈ, ਅਤੇ ਇਸ ਤੋਂ ਬਾਅਦ ਆਪਾਂ ਇਹਦੀ ਕਰ ਲੈਣੀ ਆ ਕਟਾਈ। ਸੋ ਆਪਣੀ ਜਿਹੜੀ ਸਲੀਵ ਆ ਇਹਦੀ ਵੀ ਕਟਾਈ ਹੋ ਗਈ ਆ। ਇਸ ਤੋਂ ਬਾਅਦ ਆਪਾਂ ਆਪਣੀ ਲਾਈਨਿੰਗ ਦੀ ਕਟਾਈ ਕਰਨੀ ਆ। ਸੋ ਫਰੈਂਡਸ ਵੀਡੀਓ ਵਧੀਆ ਲੱਗੇ, ਯੂਸਫੁੱਲ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ, ਚੈਨਲ 'ਤੇ ਨਵੇਂ ਆ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਅਤੇ ਚਲੋ ਫਰੈਂਡਸ ਆਪਣੀ ਲਾਈਨਿੰਗ ਦੀ ਕਟਾਈ ਕਰ ਲੈਂਦੇ ਹਾਂ। ਬਾਂਹ ਦੀ ਕਟਾਈ ਵੀ ਹੋ ਗਈ ਆ, ਆਪਣੇ ਕਮੀਜ਼ ਦੇ ਸਾਰੇ ਪਾਰਟ ਕਟਿੰਗ ਹੋ ਗਏ ਆ, ਠੀਕ ਆ। ਇਹ ਆਪਣੀ ਲਾਈਨਿੰਗ ਆ, ਲਾਈਨਿੰਗ ਡਬਲ ਫੋਲਡ ਦੇ ਵਿੱਚ ਆ। ਅਤੇ ਆਪਾਂ ਸਭ ਤੋਂ ਪਹਿਲਾਂ ਆਪਣੇ ਘੇਰਾ ਵੇਖ ਕੇ, ਮਤਲਬ ਆਪਾਂ 26 ਇੰਚ ਕੱਪੜਾ ਰੱਖਿਆ ਸੀ, 26 ਇੰਚ ਦੇ ਹਿਸਾਬ ਨਾਲ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ, ਠੀਕ ਆ, 26 ਇੰਚ ਘੇਰੇ ਦੇ ਹਿਸਾਬ ਨਾਲ। ਅਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ, ਠੀਕ ਆ। ਅਤੇ ਇਹ ਆਪਣੇ ਅਗਲੇ ਪਿਛਲੇ ਘੇਰੇ ਦੀ ਜਿਹੜੀ ਲਾਈਨਿੰਗ ਹੋ ਗਈ, ਅਤੇ ਇਹਨੂੰ ਫੋਲਡ ਕਰਕੇ ਆਪਾਂ ਇੱਕ ਵਾਰੀ ਫਿਰ ਨਾਪ ਲਾਂਗੇ ਇੰਚੀ ਟੇਪ ਨਾਲ। ਆਪਣੇ ਦੋਨੋਂ ਸਾਈਡਾਂ ਤੋਂ ਕੱਪੜਾ ਬਰਾਬਰ ਹੋਣਾ ਚਾਹੀਦਾ ਆ, ਠੀਕ ਆ। ਅਤੇ ਦੇਖੋ ਇੱਥੋਂ ਆਪਣਾ ਕੱਪੜਾ ਜਿਹੜਾ ਉੱਪਰ ਵਾਲੀ ਸਾਈਡ ਤੋਂ ਥੋੜ੍ਹਾ ਜਿਹਾ ਘੱਟ ਆ, 24 ਇੰਚ ਆ, ਔਰ ਦੇਖੋ ਥੋੜ੍ਹੀ ਜਿਹੀ ਕਾਣ ਆ ਇਹਦੇ ਵਿੱਚ, ਆਪਾਂ ਥੋੜ੍ਹਾ ਜਿਹਾ ਵਧਾ ਕੇ ਇਸ ਤਰੀਕੇ ਨਾਲ। ਅਤੇ ਇੱਥੋਂ ਆਪਾਂ ਕਰ ਲਾਂਗੇ ਕਟਿੰਗ, ਅਤੇ ਜਿਹੜੀ ਵੀ ਕੋਈ ਵਾਧ ਘੱਟ ਹੋਏਗੀ, ਕੋਈ ਕਾਣ ਹੋਏਗੀ, ਆਪਾਂ ਕਟਿੰਗ ਕਰਨ ਵੇਲੇ ਆਪਾਂ ਕੱਢ ਦਾਂਗੇ, ਠੀਕ ਆ। ਅਤੇ ਦੇਖੋ ਇੱਥੋਂ ਕਟਿੰਗ ਕਰ ਲਈ, ਕਟਿੰਗ ਕਰਨ ਤੋਂ ਬਾਅਦ ਇੱਕ ਕੱਪੜੇ ਨੂੰ ਖੋਲ੍ਹ ਕੇ ਆਪਾਂ ਆਡੇ ਰੁੱਖ ਪਛਾਉਣਾ ਆ। ਅਤੇ ਫਰੈਂਡਸ ਆਪਾਂ ਕੋਈ ਵੀ ਲਾਈਨਿੰਗ ਹੁੰਦੀ ਆ, ਮੈਂ ਆਪਣੇ ਸੂਟਾਂ ਦੇ ਵਿੱਚ ਆਡੇ ਰੁੱਖ ਹੀ ਲਗਾਉਂਦੀ ਹੁੰਦੀ ਹਾਂ। ਇਹਦਾ ਇੱਕ ਫਾਇਦਾ ਇਹ ਵੀ ਹੈ ਕਿ ਆਪਾਂ ਮਤਲਬ ਜਿਹੜੀ ਕੰਨੀ ਵਾਲੀ ਸਾਈਡ ਆ ਘੇਰੇ ਵਾਲੀ ਸਾਈਡ 'ਤੇ ਲੈ ਆਈਦੀ ਆ। ਸੋ ਫਰੈਂਡਸ ਇਸ ਤਰੀਕੇ ਦੇ ਨਾਲ ਆਪਾਂ ਨੂੰ ਘੇਰੇ ਵਾਲੀ ਸਾਈਡ ਤੋਂ ਜਿਹੜੀ ਲਾਈਨਿੰਗ ਆ ਉਹਨੂੰ ਸਿਲਾਈ ਨਹੀਂ ਮਾਰਨੀ ਪੈਂਦੀ, ਕੰਨੀ ਵਾਲੀ ਸਾਈਡ ਆਪਣੀ ਜਿਹੜੀ ਆ ਘੇਰੇ ਵਾਲੀ ਸਾਈਡ 'ਤੇ ਆ ਜਾਂਦੀ ਆ। ਸੋ ਆਪਾਂ ਇੱਦਾਂ ਇਹਨੂੰ ਸਿੰਪਲੀ ਫੋਲਡ ਕਰ ਲਿਆ, ਫੋਲਡ ਕਰਕੇ ਇੱਕ ਵਾਰੀ ਫਿਰ ਆਪਾਂ ਵਿਛਾ ਲਿਆ, ਬਿਲਕੁਲ ਉਸੇ ਤਰੀਕੇ ਨਾਲ ਜਿੱਦਾਂ ਆਪਾਂ ਕਮੀਜ਼ ਦੀ ਕਟਾਈ ਕਰਦੇ ਹਾਂ, ਠੀਕ ਆ। ਕਮੀਜ਼ ਦੀ ਸਾਰੀ ਆਪਣੀ ਜਿਹੜੀ ਮਾਰਕਿੰਗ ਆ ਆਪਾਂ ਇਹਦੇ ਉੱਤੇ ਕਰਨੀ ਆ, ਜਿੰਨੀ ਜਿੰਨੀ ਤੁਹਾਡੀ ਫਿਟਿੰਗ ਦਾ ਨਿਸ਼ਾਨ ਆ ਉਹਦੇ ਅਕੋਰਡਿੰਗ ਤੁਸੀਂ ਨਿਸ਼ਾਨੀਆਂ ਲਾ ਕੇ ਆਪਣੀ ਜਿਹੜੀ ਲਾਈਨਿੰਗ ਦੀ ਕਟਾਈ ਕਰ ਲੈਣੀ ਆ। ਇਸ ਤੋਂ ਬਾਅਦ ਆਪਾਂ ਕਮੀਜ਼ ਦਾ ਫਰੰਟ ਪੱਲਾ ਲੈਣਾ ਆ, ਅਤੇ ਇਹਦੇ ਉੱਤੇ ਆਪਣੀ ਫਰੰਟ ਪੱਲੇ ਵਾਲੀ ਲਾਈਨਿੰਗ ਆਪਾਂ ਰੱਖਣੀ ਆ। ਅਤੇ ਦੇਖੋ ਅਗਲੇ ਪਾਸੇ ਵਾਲੀ ਜਿਹੜੀ ਲਾਈਨਿੰਗ ਆ ਉਹਨੂੰ ਆਪਾਂ ਇਸ ਤਰੀਕੇ ਨਾਲ ਲੈਣਾ ਆ, ਅਤੇ ਇਹ ਆਪਾਂ ਆਪਣੇ ਇਸ ਕੱਪੜੇ ਦੇ ਉੱਤੇ ਕਮੀਜ਼ ਦੇ ਕੱਪੜੇ ਦੇ ਬਿਲਕੁਲ ਸੈੱਟ ਕਰ ਲੈਣਾ। ਸੈੱਟ ਕਰਨ ਤੋਂ ਬਾਅਦ ਆਪਾਂ ਜਿਹੜਾ ਵੀ ਐਕਸਟਰਾ ਕੱਪੜਾ ਆ ਉਹਦੀ ਕਰ ਲੈਣੀ ਆ ਕਟਾਈ। ਅਤੇ ਫਰੈਂਡਸ ਇਹ ਲਾਈਨਿੰਗ ਵਾਲੇ ਸੂਟ ਕਟਿੰਗ ਕਰਨ ਦਾ ਬਿਲਕੁਲ ਸਿੰਪਲ ਅਤੇ ਸੌਖਾ ਜਿਹਾ ਤਰੀਕਾ ਆ, ਠੀਕ ਆ। ਇਸ ਤਰੀਕੇ ਨਾਲ ਬਿਲਕੁਲ ਪ੍ਰੋਪਰਲੀ ਆਪਣੀ ਜਿਹੜੀ ਲਾਈਨਿੰਗ ਆ ਵਧੀਆ ਕਟਿੰਗ ਹੁੰਦੀ ਆ, ਸੂਟ ਵੀ ਆਪਣਾ ਵਧੀਆ ਇਸ ਤਰੀਕੇ ਨਾਲ ਕਟਿੰਗ ਹੁੰਦਾ ਹੈ, ਵਾਧ ਘਾਟ ਕੋਈ ਨਹੀਂ ਰਹਿੰਦੀ। ਪਰ ਅਗਰ ਤੁਹਾਡਾ ਕੱਪੜਾ ਜ਼ਿਆਦਾ ਪਤਲਾ ਆ ਜਾਂ ਤਿਲਕਣ ਵਾਲਾ ਆ, ਫਿਰ ਤੁਸੀਂ ਇੱਥੇ ਜਿਹੜੇ ਆ ਮਤਲਬ ਪਿੰਨਾਂ ਲਗਾ ਲਿਆ ਕਰੋ, ਪਿੰਨਾਂ ਲਗਾਉਣ ਤੋਂ ਬਾਅਦ ਕਟਿੰਗ ਕਰਿਆ ਕਰੋ, ਠੀਕ ਆ। ਅਤੇ ਦੇਖੋ ਇਸ ਤਰੀਕੇ ਨਾਲ ਆਪਣਾ ਫਰੰਟ ਪੱਲਾ ਕਟਿੰਗ ਹੋ ਗਿਆ। ਇਸ ਤੋਂ ਬਾਅਦ ਆਪਣਾ ਬੈਕ ਪੱਲਾ ਆਪਾਂ ਕਟਿੰਗ ਕਰਨਾ ਆ। ਇਹਦੇ ਵਾਸਤੇ ਪਹਿਲਾਂ ਆਪਾਂ ਦੇਖੋ ਕਮੀਜ਼ ਦਾ ਕੱਪੜਾ ਬੈਕ ਸਾਈਡ ਵਾਲਾ ਵਿਛਾ ਲਿਆ, ਇਹ ਤੋਂ ਬਾਅਦ ਲਾਈਨਿੰਗ ਵਾਲਾ ਬੈਕ ਸਾਈਡ ਦਾ ਪੱਲਾ ਲੈਣਾ ਆ, ਅਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਉੱਪਰ ਰੱਖ ਕੇ ਸਾਰੇ ਐਕਸਟਰਾ ਕੱਪੜੇ ਦੀ ਕਟਿੰਗ ਕਰ ਲਾਂਗੇ। ਅਤੇ ਦੇਖੋ ਆਪਣੇ ਬੈਕ ਪੱਲੇ ਦੀ ਵੀ ਲਾਈਨਿੰਗ ਕਟਿੰਗ ਹੋ ਗਈ। ਇਹ ਤੋਂ ਬਾਅਦ ਆਪਾਂ ਆਪਣੀ ਜਿਹੜੀਆਂ ਬਾਹਾਂ ਨੇ ਉਹਨਾਂ ਦੀ ਵੀ ਲਾਈਨਿੰਗ ਕਟਿੰਗ ਕਰ ਲਾਂਗੇ। ਸੋ ਆਪਣੇ ਪੂਰੇ ਸੂਟ ਦੀ ਕਟਿੰਗ ਹੋ ਜੂਗੀ, ਠੀਕ ਆ। ਅਤੇ ਇਹ ਸੂਟ ਦੀ ਸਟਿਚਿੰਗ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕੱਲ੍ਹ ਵਾਲੀ ਵੀਡੀਓ ਵਿੱਚ। ਸੋ ਫਰੈਂਡਸ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਸੋ ਫਰੈਂਡਸ ਇਹ ਜਿਹੜਾ ਕੱਪੜਾ ਆਪਣਾ ਲਾਈਨਿੰਗ ਵਾਲਾ ਹੈ, ਇਹਦੇ ਤੋਂ ਹੁਣ ਆਪਾਂ ਆਪਣੀ ਬਾਂਹ ਰੱਖ ਕੇ ਵੇਖਾਂਗੇ। ਜੇ ਆਪਣੀ ਐਡਜਸਟ ਹੋ ਗਈ ਤਾਂ ਆਪਾਂ ਇਸ ਤਰ੍ਹਾਂ ਡਬਲ ਵਿੱਚ ਕਟਿੰਗ ਕਰ ਲਾਂਗੇ, ਠੀਕ ਆ। ਅਤੇ ਦੇਖੋ ਆਪਾਂ ਇੱਕ ਬਾਂਹ ਲੈ ਲੈਣੀ ਆ, ਅਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਲਾਈਨਿੰਗ ਦੇ ਉੱਪਰ ਸੈੱਟ ਕਰਾਂਗੇ, ਠੀਕ ਆ। ਅਤੇ ਦੇਖੋ ਆਪਣੀ ਇਸ ਤਰੀਕੇ ਨਾਲ ਸੈੱਟ ਕਰਨ ਦੇ ਨਾਲ ਜਿਹੜੀ ਆਪਣੀ ਲੰਬਾਈ ਪੂਰੀ ਨਹੀਂ ਆਉਂਦੀ ਪਈ, ਅਤੇ ਜੇ ਆਪਾਂ ਇਸ ਤਰੀਕੇ ਨਾਲ ਸੈੱਟ ਕਰਦੇ ਹਾਂ ਫਿਰ ਆਪਣੀ ਚੜਾਈ ਪੂਰੀ ਨਹੀਂ ਆਉਂਦੀ। ਹੁਣ ਆਪਾਂ ਕੀ ਕਰਨਾ ਆ, ਇਹ ਲਾਈਨਿੰਗ ਨੂੰ ਆਪਾਂ ਖੋਲ੍ਹ ਲਾਂਗੇ ਇਸ ਤਰੀਕੇ ਦੇ ਨਾਲ, ਚੜਾਈ ਦੇ ਵਿੱਚ ਆਪਾਂ ਇਹਨੂੰ ਖੋਲ੍ਹ ਲੈਣਾ ਹੈ ਅਤੇ ਡਬਲ ਫੋਲਡ ਕਰ ਲੈਣਾ ਹੈ।
ਅਤੇ ਇਸ ਤਰੀਕੇ ਦੇ ਨਾਲ ਹੁਣ ਆਪਣੀ ਲੰਬਾਈ ਚੜਾਈ ਜਿਹੜੀ ਸਲੀਵ ਦੀ ਪੂਰੀ ਆ ਜੂਗੀ। ਠੀਕ ਆ, ਇਹਨੂੰ ਬਿਲਕੁਲ ਆਪਾਂ ਸੈੱਟ ਕਰ ਲਾਂਗੇ, ਚੜਾਈ ਵਿੱਚ ਵਿਛਾ ਲਾਂਗੇ। ਇਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਸਲੀਵ ਆ ਬਿਲਕੁਲ ਇਹਦੇ ਉੱਪਰ ਸੈੱਟ ਕਰ ਲਾਂਗੇ, ਅਤੇ ਜਿੱਥੇ ਜਿੱਥੇ ਆਪਣੀ ਸਲੀਵ ਸੈੱਟ ਹੁੰਦੀ ਹੈ ਬਸ ਆਪਾਂ ਇਸ ਤਰੀਕੇ ਨਾਲ ਰੱਖ ਲੈਣੀ ਆ, ਅਤੇ ਇਸ ਤੋਂ ਬਾਅਦ ਆਪਾਂ ਸਾਰੇ ਵੱਟ ਕੱਢ ਦੇਣੇ ਆ ਇਹਦੇ 'ਤੇ। ਇਸ ਤੋਂ ਬਾਅਦ ਆਪਾਂ ਇਹਦੀ ਕਰ ਲੈਣੀ ਆ ਕਟਾਈ। ਠੀਕ ਆ, ਇਹਦੇ ਕੱਪੜੇ ਦੇ ਨਾਲ ਨਾਲ ਹੀ ਆਪਾਂ ਇਹਦੀ ਸਾਰੀ ਕਟਾਈ ਕਰ ਦੇਣੀ ਆ। ਸੋ ਫਰੈਂਡਸ, ਆਪਣੇ ਸੂਟ ਦੇ ਅਤੇ ਲਾਈਨਿੰਗ ਦੇ ਸਾਰੇ ਪਾਰਟ ਕਟਿੰਗ ਹੋ ਗਏ ਆ। ਇਹਦੀ ਸਟਿਚਿੰਗ ਦੀ ਵੀਡੀਓ ਮੈਂ ਕੱਲ੍ਹ ਸ਼ੇਅਰ ਕਰੂੰਗੀ, ਅਤੇ ਵੀਡੀਓ ਵਧੀਆ ਲੱਗੇ, ਯੂਸਫੁੱਲ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ। ਚੈਨਲ 'ਤੇ ਨਵੇਂ ਹੋ ਚੈਨਲ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੀ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ।